ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਟਾਂਡਾ ਦੇ ਪਿੰਡ ਪ੍ਰੇਮਪੁਰ ਵਿਖੇ ਬੀਤੀ ਰਾਤ ਦੋ ਲੁਟੇਰਿਆਂ ਨੇ ਘਰ ਵਿੱਚ ਦਾਖਲ ਹੋ ਕੇ ਇੱਕ ਜੋੜੇ ਦੀ ਕੁੱਟਮਾਰ ਕਰਦਿਆਂ ਉਹਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਲੁੱਟਖੋਹ ਦਾ ਨਿਸ਼ਾਨਾ ਬਣਾਇਆ। ਇਸ ਸੰਬੰਧੀ ਲੁੱਟਖੋਹ ਦਾ ਸ਼ਿਕਾਰ ਹੋਈ ਗੋਪਾਲ ਕੌਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12 ਵਜੇ ਉਹ ਆਪਣੇ ਘਰ ਵਿੱਚ ਸੁੱਤੇ ਪਏ ਸੀ ਕਿ ਦੋ ਲੁਟੇਰੇ ਉਹਨਾਂ ਦੇ ਘਰ ਦੀ ਦੀਵਾਰ ਟੱਪ ਕੇ ਅੰਦਰ ਦਾਖਲ ਹੋਏ ਤੇ ਪਿਸਤੌਲ ਦੇ ਬਲ ਤੇ ਕਿਰਪਾਨ ਦਿਖਾ ਕੇ ਪਹਿਲਾਂ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਕਿਰਪਾਨ ਦੇ ਵਾਰ ਨਾਲ ਉਹਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਲੁਟੇਰੇ ਉਹਨਾਂ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਤੇ ਪਰਸ ਵਿੱਚ ਪਿਆ 2500 ਰੁਪਇਆ ਲੈ ਕੇ ਫਰਾਰ ਹੋ ਗਏ। ਜ਼ਖਮੀ ਹਾਲਤ ਵਿੱਚ ਉਸਦੇ ਪਤੀ ਬਸੰਤ ਸਿੰਘ ਨੇ ਸਰਕਾਰੀ ਹਸਪਤਾਲ ਵਿੱਚ ਉਸ ਨੂੰ ਪਹੁੰਚਾਇਆ। ਇਸ ਸੰਬੰਧੀ ਟਾਂਡਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਮੈਂ ਕਿਹਾ ਘਰੇ ਮੇਰੇ ਬਜ਼ੁਰਗ ਉੱਠਿਆ ਕਿਤੇ ਪਿਸ਼ਾਬ ਦੇ ਕਹਿੰਦਾ ਮੈਨੂੰ ਕਰਾ ਲੈ। ਮੈਂ ਕਿਹਾ ਕੀ ਗੱਲ ਹੈ। ਉਹਨਾਂ ਫਿਰ ਮੇਰਾ ਮੂੰਹ ਕੁੱਟ ਦਿੱਤਾ, ਮੇਰੇ ਕੋਲ ਬੋਲਣ ਨਹੀਂ ਹੋਇਆ। ਫਿਰ ਮੈਨੂੰ ਕਹਿੰਦੇ ਨੇ, ਫਿਰ ਉਹਨਾਂ ਮੇਰੇ ਕੰਨਾਂ ਦੀਆਂ ਵਾਲੀਆਂ ਵੇਖੀਆਂ, ਫਿਰ ਇੱਧਰ ਲਿਖੇ ਚਲੀ ਗੱਲ ਲਾ ਲਈ, ਫਿਰ ਇੱਧਰ ਦੀ, ਫਿਰ ਮੇਰਾ ਫੋਨ ਲੱਗ ਗਿਆ। ਫਿਰ ਮੈਨੂੰ ਕੁੱਟ ਕੇ ਉੱਠ ਕੇ ਕਹਿੰਦਾ ਦੱਸ ਜਿੱਥੇ ਕੁਝ ਰੱਖੇ ਆ। ਉਹ ਮੈਂ ਕਿਹਾ ਸਾਡੇ ਗਰੀਬਾਂ ਕੋਲ ਕੀ ਹੈ, ਬਜ਼ੁਰਗ ਅਸੀਂ ਦੋਵੇਂ ਸਾਡੇ ਕੋਲ ਕੀ ਹੈ, ਤੂੰ ਬੋਲਣੀ ਹੈ। ਕਹਿੰਦੇ ਇਹ ਵੀ ਨਾ ਗੱਲ ਕਰ, ਜੇ ਮੈਂ ਬੋਲਾਂ ਤਾਂ ਕਹਿੰਦਾ ਤੂੰ ਬੋਲਣੀ ਹੈ, ਜੇ ਮੈਂ ਨਾ ਬੋਲਾਂ ਤਾਂ ਕਹਿੰਦਾ ਤੂੰ ਦੱਸਦੀ ਨਹੀਂ। ਅਸਾਂ ਕੁਛ ਕਹਿੰਦੇ ਰਹੇ।